जन पर उपकारी आए। जन्म संत तेजा सिंह जी महाराज, जिन्हां दा पहला नाम निरंजन सिंह मेहता सी, दा जन्म माता राम कौर जी ते पिता डॉक्टर रल्ला सिंह जी दे घर 14 मई 1877 नूं इमनाबाद दे पिंड बल्लोवाली जिला गुजरांवाला पंजाब पाकिस्तान विखे होया। इमनाबाद ही गुरु नानक देव जी ने भाई लालो नूं नवाजिया अते मलक पागो दा हंकार तोड़ के उस नूं गुरमत मार्ग ते तोरिया। भाई रल्ला सिंह जी लाहौर दी केंद्रीय जेल दे डॉक्टर सन। संत जी दे दादा बाबा नानक चंद जी भी एक पवित्र शख्सियत सन। ਉਹ ਗਰੀਬਾਂ ਅਤੇ ਲੋੜਵੰਦਾਂ ਦੀ ਭੋਜਨ ਅਤੇ ਪੈਸੇ ਆਦਿ ਨਾਲ ਮਦਦ ਕਰਦੇ ਸਨ। ਉਹਨਾਂ ਦੀ ਉਦਾਰਤਾ ਕਰਕੇ ਲੋਕ ਉਹਨਾਂ ਨੂੰ ਨਾਨਕ ਸ਼ਾਹ ਕਿਹਾ ਕਰਦੇ ਸਨ। ਸੰਤ ਜੀ ਮਹਾਰਾਜ ਦੇ ਨਾਨਾ ਜੀ ਬਾਬਾ ਭਾਗ ਸਿੰਘ ਜੀ ਵੀ ਪੂਰਨ ਗੁਰਸਿੱਖ ਸਨ ਅਤੇ ਰੋਜ਼ ਅੰਮ੍ਰਿਤ ਵੇਲੇ 3 ਵਜੇ ਉੱਠ ਕੇ ਗੁਰਬਾਣੀ ਦਾ ਜਾਪ ਕਰਦੇ ਸਨ। ਉਹ ਆਪਣੇ ਹੱਥੀਂ ਗੁਰੂ ਸਾਹਿਬ ਜੀ ਦੇ ਸਰੂਪ ਦੀ ਲਿਖਾਈ ਵੀ ਕਰਿਆ ਕਰਦੇ ਸਨ। ਸੰਤ ਜੀ ਦੇ ਮਾਤਾ ਬੀਬੀ ਰਾਮ ਕੌਰ ਜੀ ਵੀ ਨਿਮਰਤਾ ਅਤੇ ਸੰਤੋਖ ਦੀ ਮੂਰਤ ਸਨ। ਸੰਤ ਜੀ ਦਾ ਆਨੰਦ ਕਾਰਜ ਬੀਬੀ ਬਿਸ਼ਨ ਕੌਰ ਜੀ ਨਾਲ ਹੋਇਆ, ਜਿਨ੍ਹਾਂ ਨੇ ਸੰਤਾਂ ਦਾ ਬਹੁਤ ਸਾਥ ਦਿੱਤਾ। ਆਪ ਜੀ ਦੇ 3 ਬੱਚੇ ਭਾਈ ਮੁਕੰਦ ਸਿੰਘ, ਭਾਈ ਹਰੀ ਸਿੰਘ ਅਤੇ ਬੀਬੀ ਜੀਤ ਕੌਰ ਜੀ ਸਨ। ਹਰੀ ਸਿੰਘ ਜੀ ਛੋਟੀ ਉਮਰ ਵਿੱਚ ਹੀ ਅਕਾਲ ਚਲਾਣਾ ਕਰ ਗਏ ਸਨ।